ਜਾਏਗਾ। ਮਲੂਕਾ ਸਾਹਿਬ ਤਾਂ ਬਿਲਕੁਲ ਸਾਡੇ ਪਰਿਵਾਰ ਦਾ ਹਿੱਸਾ ਨੇ ਤੇ ਮੈਨੂੰ ਕਿਤੇ ਨਾ ਕਿਤੇ ਹਰੇਕ ਨੂੰ ਇਸ ਚੀਜ਼ ਮਹਿਸੂਸ ਜ਼ਰੂਰ ਹੁੰਦੀ ਹੋਊਗੀ ਕਿ ਜਿੱਥੇ ਮਾਪੇ ਸਾਰੀ ਉਮਰ ਬੱਚਿਆਂ ਵਾਸਤੇ ਕਰਦੇ ਨੇ ਤੇ ਵੱਡੀ ਉਮਰ ਚ ਜਦ ਬੱਚੇ ਆਖੇ ਨਹੀਂ ਲੱਗਦੇ, ਕਿਉਂਕਿ ਮੈਂ ਤਾਂ ਬਿਆਨ ਹੀ ਸੁਣੇ ਕਿ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਬੱਚੇ ਜਦ ਮਾਪੇ ਦੀ ਆਖੇ ਨਹੀਂ ਲੱਗਦੇ ਨੇ ਤਾਂ ਦੁੱਖ ਤਾਂ ਪਰਿਵਾਰ ਨੂੰ ਹੁੰਦਾ ਹੀ ਹੋਊਗਾ। ਸੋ ਮੈਂ ਉਸ ਦੁੱਖ ਚ ਮੈਂ ਮਹਿਸੂਸ ਕਰਦੀ ਹਾਂ, ਲੇਕਿਨ ਮਲੂਕਾ ਸਾਹਿਬ ਨੂੰ ਬੇਨਤੀ ਕਰਦੀ ਹਾਂ ਕਿ ਤਕੜੇ ਹੋ, ਤੁਸੀਂ ਪਾਰਟੀ ਦੇ ਵੱਡੀ ਵੱਡੀ ਲੜਾਈਆਂ ਤੁਸੀਂ ਪਹਿਲੇ ਵੀ ਲੜੀਆਂ ਨੇ। ਹਾਂ, ਘਰ ਚ ਔਖਾ ਸਮਾਂ ਆਉਂਦਾ ਹੈ, ਲੇਕਿਨ ਪਾਰਟੀ ਦੀ ਇੱਕ ਮਾਂ ਦਾ ਰੂਪ ਹੁੰਦੀ ਹੈ। ਹੁਣ ਜੰਗ ਹੈਗਾ, ਫੌਜਾਂ ਮੈਦਾਨ ਤੇ ਉਤਰੀਆਂ ਹੋਈਆਂ ਨੇ ਤਾਂ ਜਰਨੈਲ ਨੂੰ ਤਾਂ ਅੱਗੇ ਹੋਣਾ ਚਾਹੀਦਾ। ਸੋ ਕੋਈ ਗੱਲ ਨੀ, ਲੜ ਰਹੇ ਹਾਂ ਤਾਂ ਬਾਕੀ ਸ਼ੁਭਕਾਮਨਾਵਾਂ ਜੋ ਵੀ ਹੈ। ਲੋਕਤੰਤਰ ਚ ਹਰੇਕ ਨੂੰ ਇੱਕ ਹੱਕ ਹੁੰਦਾ ਹੈ, ਸਭ ਆ ਕੇ ਆਪਣੀ ਗੱਲ ਰੱਖਣ। ਇਹ ਮੈਂ ਜ਼ਰੂਰ ਕਹਿ ਸਕਦੀ ਹਾਂ ਕਿ ਜਿਸ ਪਾਰਟੀ ਨੇ ਪੰਜਾਬ ਦੇ 750 ਕਿਸਾਨਾਂ ਦੀ ਜਾਨਾਂ ਲੈ ਕੇ ਕਾਲੇ ਕਾਨੂੰਨ ਵਾਪਸ ਕੀਤੇ, ਮਾਫੀ ਮੰਗ ਕੇ, ਤੇ ਉਹਨਾਂ ਦੇ ਨਾਲ ਇੱਕ ਵਾਅਦਾ ਕੀਤਾ ਸੀਗਾ ਕਿ ਉਹਨਾਂ ਆਹ ਮੰਗਾਂ ਪੂਰੀ ਕਰਨਗੇ। ਅੱਜ ਜਦ ਇੰਨੇ ਸਾਲ ਬਾਅਦ ਉਹ ਮੰਗਾਂ ਪੂਰੀਆਂ ਨਹੀਂ ਹੋਈਆਂ ਨੇ, ਇੱਕ ਵਾਰ ਫੇਰ ਜਦ ਕਿਸਾਨ ਧਰਨੇ 'ਚ ਬੈਠਦੇ ਨੇ ਤੇ ਉਹਨਾਂ ਦੇ ਉੱਤੇ ਫਿਰ ਉਹ ਸਰਕਾਰ ਗੋਲੀਆਂ ਦੇ ਨਾਲ, ਅਥਰੂ ਗੈਸਾਂ ਦੇ ਨਾਲ, ਡਰੋਨਾਂ ਦੇ ਨਾਲ ਜਿਹੋ ਜਿਹਾ ਤਸ਼ੱਦਦ ਕਰਦੀ ਹੈ ਤੇ ਆਪਣੇ ਆਪਾਂ ਭਾਵੇਂ ਆਪਾਂ ਕਹਿ ਸਕੀਏ ਕਿ ਨਾ ਮੰਗਾਂ ਤਾਂ ਪੂਰੀਆਂ ਕੀਤੀ, ਨਾ ਬੰਦੀ ਸਿੱਖਾਂ ਦੀ, ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ 550 ਸਾਲਾਂ 'ਚ ਇਹਨਾਂ ਨੇ ਵਾਅਦਾ ਕੀਤਾ ਸੀ ਉੱਥੋਂ ਵੀ ਮੁੱਕਰ ਗਏ। ਸਾਡੇ ਪਾਣੀਆਂ ਨੂੰ ਖੋਣ ਵਾਸਤੇ ਪੂਰਾ ਦਬਾਅ ਪਾਇਆ ਜਾ ਰਿਹਾ ਹੈ, ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ੇ ਕੀਤੇ ਜਾ ਰਹੇ ਨੇ ਤੇ ਜੇ ਯਾਰ ਇਹ ਕੁਛ ਹੋ ਰਿਹਾ ਤਾਂ ਫਿਰ ਇਸ ਪਾਰਟੀ ਦੇ ਨਾਲ ਕੋਈ ਪੰਜਾਬ ਹਿਤੈਸ਼ੀ ਤਾਂ ਮੈਨੂੰ ਨਹੀਂ ਲੱਗਦਾ ਖੜੂਗਾ। ਲੇਕਿਨ ਮੈਂ ਤਾਂ ਪੰਜਾਬ ਦੇ ਸਮੂਹ ਸੰਗਤਾਂ ਨੂੰ ਕਵਾਂਗੀ ਕਿ ਜੇ ਕਿਸੇ ਪਾਰਟੀ ਦੇ ਇਹੋ ਜਿਹੀ ਐਕਸ਼ਨਸ ਦੇ ਨਾਲ ਪੰਜਾਬ ਦੀ ਅਮਨ ਸ਼ਾਂਤੀ ਖਰਾਬ ਹੁੰਦੀ ਹੈ, ਪੰਜਾਬ ਦੀ ਭਾਈਚਾਰਕ ਸਾਂਝ ਖਰਾਬ ਹੁੰਦੀ ਹੈ ਤੇ ਦਿੱਲੀ ਦੀ ਪਾਰਟੀਆਂ ਨੂੰ ਛੱਡ ਕੇ ਖੇਤਰੀ ਪਾਰਟੀ ਦੇ ਨਾਲ ਖੜਨਾ ਚਾਹੀਦਾ, ਕਿਉਂਕਿ ਤੁਸੀਂ ਵੀ ਪੰਜਾਬ 'ਚ ਰਹਿੰਦੇ ਹੋ। ਖੇਤਰੀ ਪਾਰਟੀ ਵੀ ਪੰਜਾਬ ਦੀ ਬਿਹਤਰੀ ਵਾਸਤੇ ਦਿਨ ਰਾਤ ਇੱਕ ਕਰਦੀ ਹੈ, ਦਿੱਲੀ ਦੀ ਪਾਰਟੀ ਇੱਕ ਨੈਸ਼ਨਲ ਏਜੰਡਾ ਚਲਾਉਂਦੀਆਂ ਨੇ ਜਿਹਦੇ ਨਾਲ ਪੰਜਾਬ ਦਾ ਨੁਕਸਾਨ ਵੀ ਹੋ ਸਕਦਾ ਹੈ। ਸੋ ਇਹ ਮੈਂ ਜ਼ਰੂਰ ਮਹਿਸੂਸ ਕਰਦੀ ਹਾਂ ਕਿ ਅੱਜ ਦੀ ਤਰੀਕ 'ਚ ਜਿਹੜਾ ਭਾਰਤੀ ਜਿਹਦੇ ਕਰਕੇ ਅੱਜ ਆਪਾਂ ਦੇਖ ਰਹੇ ਇਹਨਾਂ ਦਾ ਵਿਰੋਧ ਹਰ ਥਾਂ ਹੋ ਰਿਹਾ। ਸੋ ਇਸ ਪਾਰਟੀ 'ਚ ਜਿਹੜੇ ਜਾਂਦੇ ਨੇ ਉਹ ਆਪਦੇ ਨਿੱਜੀ ਸਵਾਰਥ ਵਾਸਤੇ ਪਾਵੇਂ ਜਾ ਰਹੇ ਨੇ ਕਿ ਪੰਜਾਬ ਦੇ ਹਿੱਤ ਵਾਸਤੇ।